ਜਿਹੜਾ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ, ਇਹ ਕਹਿ ਕੇ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਨੂੰ ਰਾਹਤ ਦੇਵਾਂਗੇ, 7 ਕਿਲੋਵਾਟ ਤੋਂ ਨੀਚੇ 3 ਰੁਪਏ ਪਰ ਯੂਨਿਟ ਜਿਹੜਾ ਉਹਨਾਂ ਨੇ ਆਪਣੇ ਕੋਲੋਂ ਸਰਕਾਰ ਨੇ ਪੇ ਕਰਨਾ ਸੀ, ਅੱਜ ਉਹ ਵਾਪਸ ਲੈ ਲਿਆ। ਪੈਟਰੋਲ ਡੀਜ਼ਲ ਦੇ ਰੇਟ ਵੀ ਵਧਾ ਤੇ, ਉਹ ਲੋਕਾਂ ਦੇ ਹੋਰ ਬੋਝ ਪਾ ਤਾ, ਔਰ ਇਹ ਸਾਰਾ ਜਿਹੜਾ ਪੈਸਾ ਚਾਹੇ ਟੈਕਸਾਂ ਦੇ ਰੂਪ ਵਿੱਚ ਇਹ ਇਕੱਠਾ ਹੋ ਰਿਹਾ, ਉਹ ਸਾਰਾ ਪੈਸਾ CM ਸਾਹਿਬ ਆਪਣੀ ਤੇ ਆਪਣੀ ਪਾਰਟੀ ਦੀ ਐਡਵਰਟਾਈਜ਼ਮੈਂਟ ਤੇ ਖਰਚ ਕਰ ਰਹੇ ਆ। ਸਰਕਾਰ ਉਦਾਂ ਵੱਡੇ ਵੱਡੇ ਦਾਅਵੇ ਕਰਦੀ, ਗਰੀਬਾਂ ਦੀ ਸਰਕਾਰ ਆ, ਲੋਕਾਂ ਦੀ ਸਰਕਾਰ ਆ, ਵਪਾਰੀ ਸਰਕਾਰ ਹੈ, ਇਹ ਸਰਕਾਰ ਨੇ ਸਾਬਤ ਕਰਤਾ ਸਰਕਾਰ ਖੋਖਲੀ, ਸਰਕਾਰ ਦੇ ਪੱਲੇ ਕੁਛ ਨਹੀਂ ਹੈਗਾ। ਪੰਚਾਇਤੀ ਇਲੈਕਸ਼ਨ ਨਹੀਂ ਹੋਏ ਨਾ ਕੌਂਸਲ ਇਲੈਕਸ਼ਨ ਹੋਏ ਆ, ਕਿ ਕਰ ਕੀ ਰਹੀ ਹੈ, ਹਾਈ ਕੋਰਟ ਦਾ ਸਮਾਂ ਵੀ ਖਤਮ ਹੋ ਗਿਆ। ਡਰ ਲੱਗਦਾ ਜੀ, ਅੱਜ ਪੰਚਾਇਤੀ ਚੋਣਾਂ 'ਚ ਕਹਿ ਰਹੇ ਆ ਕਿ ਪਾਰਟੀ ਸਿੰਬਲ ਦੇ ਇਲੈਕਸ਼ਨ ਲੜੇ ਜਾਣਗੇ, ਕਿਉਂ? ਕਿਉਂਕਿ ਡਰ ਲੱਗਦਾ ਪਾਰਟੀ ਸਿੰਬਲ ਦੇ ਹਾਰ ਜਾਣਗੇ, ਹੁਣ ਜਿਹੜਾ ਕੋਈ ਜਿੱਤੇਗਾ ਉਹਨੂੰ ਲਾਲਚ ਦੇ ਕੇ ਆਪਣੇ ਹੱਲ ਕਰਨਗੇ, ਆਹ ਇਹਨਾਂ ਦੀ ਪੋਲਿਸੀ ਹੈ। 22 ਇਲੈਕਸ਼ਨ ਜੁੜੇ ਧੱਕੇ ਨਾਲ ਜਿੱਤ ਲੈਂਦੇ ਪੈਸਾ ਖਰਚ ਕਰਕੇ, ਲੇਕਿਨ ਅੱਜ ਇੱਕ ਟ੍ਰਾਂਸਪੇਰੈਂਟ ਇਲੈਕਸ਼ਨ ਹੋ ਜੇ ਤੇ ਆਮ ਆਦਮੀ ਪਾਰਟੀ ਜਮਾਂ 0 ਹੋ ਜੇ। ਕੱਲ ਐਜੀਟੇਸ਼ਨ ਹੋਇਆ ਸੀਗਾ 39 ਸੈਕਟਰ ਵਾਲੇ, ਸਾਰੇ ਲੋਕ ਜਿਹੜੇ ਆ ਉੱਥੇ MLA ਨੂੰ ਬੁਲਾਇਆ ਸੀਗਾ ਤੇ ਮੋਤੀ ਨਗਰ ਥਾਣੇ ਨੂੰ ਵੀ ਬੁਲਾਇਆ, SHO ਨੂੰ ਬੁਲਾਇਆ ਸੀਗਾ, ਕੜਾ ਖੋਲ ਲਿੱਤਾ ਗਿਆ, ਦਾਤ ਮਾਰੇ ਗਏ, ਥਾਣੇ ਦਾ ਦਰਵਾਜ਼ਾ ਤੱਕ ਨਹੀਂ ਖੋਲਿਆ ਗਿਆ। ਜਿੱਥੇ ਸਪੀਕਰ ਆਪ ਇਹ ਗੱਲ ਕਹਿ ਰਿਹਾ ਕਿ ASI ਨੇ ਰਿਸ਼ਵਤ ਲਿੱਤੀ ਤੋਂ ਥਾਣੇ 'ਚ ਬੈਠਾ, ਤੇ ਜਿੱਥੇ ਕੁੰਵਰ ਵਿਜੇ ਪ੍ਰਤਾਪ ਜਿਹੜਾ ਬਰਗਾੜੀ ਇਸ਼ੂ ਦੇ ਜਿਹਨੇ ਰਿਪੋਰਟ ਬਣਾਈ ਸੀ ਉਹ ਕਹਿ ਰਿਹਾ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ, ਤੇ ਫਿਰ ਤੁਸੀਂ ਮੈਂ ਕੀ ਕਹਿਣਾ ਜਦੋਂ ਉਹਨਾਂ ਦੇ ਆਪ ਹੀ ਬੰਦੇ ਕਹਿ ਰਿਹਾ, ਸਪੀਕਰ ਦਾ ਉਹਦਾ ਚੀਫ ਮਿਨਿਸਟਰ ਤੋਂ ਵੀ ਉੱਪਰਲਾ ਉਹਦਾ ਹੁੰਦਾ। ਸੋ ਇਸ ਕਰਕੇ ਹਾਲਾਤ ਬਹੁਤ ਬਦਤਰ ਹੈ। ਆਹ ਤੁਸੀਂ ਆਹ ਦੋ ਚੀਜ਼ਾਂ ਦਾ ਆਹ ਦੇਖ ਲਓ, ਪਾਣੀ ਦਾ ਰੰਗ ਦੇਖ ਲਓ, ਤੇ ਆਹ ਕੂੜਾ ਦੇਖ ਲਓ, ਆਹ ਇਹਨਾਂ ਦੇ ਆਹ ਸਰਕਾਰ ਇਹਨਾਂ ਦੇ। ਇੱਕ MLA ਸਾਹਿਬ ਨੇ ਪੱਥਰੀ ਦਾ ਤੋੜਤਾ ਆਪਣੀ ਸਰਕਾਰ ਦਾ ਹੀ, ਹਾਲਾਤ ਮਾੜੀ ਤਾਂ ਹੈ। ਮੈਂ ਉਹਦੇ ਫੈਸਲੇ ਦੀ ਤਾਰੀਫ ਕਰਦਾ, ਕਿਉਂਕਿ ਉਹਨੇ ਇਹ ਫੈਸਲਾ ਕੀਤਾ। ਆਮ ਲੋਕ ਇੱਕ ਚੀਜ਼ਾਂ ਕਰਦੇ ਨਹੀਂ, ਵੀ ਝੂਠੇ ਪੱਥਰ ਨਾ ਲਾਓ, ਝੂਠੇ ਵਾਅਦੇ ਨਾ ਕਰੋ, ਝੂਠੀਆਂ ਗੱਲਾਂ ਨਾ ਕਰੋ, ਤੇ ਬਾਕੀ MLA ਨੂੰ ਵੀ ਪੱਥਰ ਤੋੜ ਦੇਣੇ ਚਾਹੀਦੇ ਸਾਰੇ। DC ਆਫਿਸ ਆ ਜਾਓ। ਲੁਧਿਆਣਾ ਦੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਮੈਂ ਪੈਟਰੋਲ ਡੀਜ਼ਲ ਰੇਟ ਵਧਣ ਤੋਂ ਬਾਅਦ ਕਾਂਗਰਸ ਸਰਕਾਰ ਨੇ ਜਿਹੜਾ ਪੁਤਲਾ ਫੂਕਿਆ, ਗੱਲਬਾਤ ਕਰੇ MLA ਸਾਹਿਬ, ਸਾਬਕਾ MLA ਸਾਹਿਬ ਸੰਜੇ ਜੀ, ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਬਹੁਤ ਜਿਹੜਾ ਆਮ ਆਦਮੀ ਆਮ ਲੋਕਾਂ 'ਤੇ ਵੀ ਪੈਣ ਲੱਗ ਗਿਆ? ਜਿਹੜਾ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਬਣਾਈ ਸੀ, ਇਹ ਕਹਿ ਕੇ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਆ, ਆਮ ਲੋਕਾਂ ਨੂੰ ਰਾਹਤ ਦੇਵਾਂਗੇ। ਅੱਜ ਜਿਹੜੀ ਸਬਸਿਡੀ ਚੰਨੀ ਜੀ ਨੇ, ਜਦੋਂ ਕਾਂਗਰਸ ਸਰਕਾਰ ਸੀ, ਚੰਨੀ ਜੀ ਚੀਫ ਮਿਨਿਸਟਰ ਸੀਗੇ, 7 ਕਿਲੋਵਾਟ ਤੋਂ ਨੀਚੇ 3 ਰੁਪਏ ਪਰ ਯੂਨਿਟ ਜਿਹੜਾ ਉਹਨਾਂ ਨੇ ਆਪਣੇ ਕੋਲੋਂ ਸਰਕਾਰ ਨੇ ਪੇ ਕਰਨਾ ਸੀ, ਅੱਜ ਉਹ ਵਾਪਸ ਲੈ ਲਿਆ। ਪੈਟਰੋਲ ਡੀਜ਼ਲ ਦੇ ਰੇਟ ਵੀ ਵਧਾ ਤੇ, ਉਹ ਲੋਕਾਂ ਦੇ ਹੋਰ ਬੋਝ ਪਾ ਤਾ, ਔਰ ਇਹ ਸਾਰਾ ਜਿਹੜਾ ਪੈਸਾ ਚਾਹੇ ਟੈਕਸਾਂ ਦੇ ਰੂਪ ਵਿੱਚ ਇਹ ਇਕੱਠਾ ਹੋ ਰਿਹਾ, ਉਹ ਸਾਰਾ ਪੈਸਾ CM ਸਾਹਿਬ ਆਪਣੀ ਤੇ ਆਪਣੀ ਪਾਰਟੀ ਦੀ ਐਡਵਰਟਾਈਜ਼ਮੈਂਟ 'ਤੇ ਖਰਚ ਕਰ ਰਹੇ ਆ। ਸੋ ਪੰਜਾਬ ਦਾ ਬਹੁਤ ਬੁਰਾ ਹਾਲ ਹੈ, ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ, ਉਹਦੇ ਖਿਲਾਫ਼ ਅਸੀਂ ਅੱਜ ਐਜੀਟੇਸ਼ਨ ਕੀਤੀ ਹੈ। ਇਹ ਧਰਨਾ ਜਿਹੜਾ ਸਾਡਾ ਅੱਜ ਡਿਸਟ੍ਰਿਕਟ ਲੈਵਲ 'ਤੇ ਸੀਗਾ, ਇਸ ਤੋਂ ਬਾਅਦ ਅਸੀਂ ਇਹ ਧਰਨਾ ਜਿਹੜਾ ਬਲੋਕ ਲੈਵਲ 'ਤੇ ਲੈ ਕੇ ਜਾਵਾਂਗੇ, ਫਿਰ ਵਾਰਡ ਲੈਵਲ 'ਤੇ, ਫਿਰ ਬੂਥ ਲੈਵਲ 'ਤੇ ਸਾਡਾ ਧਰਨਾ ਜਾਏਗਾ। ਪਾਰਟੀ ਕਿਉਂ ਕਹਿੰਦੀ ਆਮ ਲੋਕਾਂ ਦੀ ਸਰਕਾਰ ਆ, ਅਸੀਂ ਆਮ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ, ਬਿੱਲ ਜਿਹੜੇ ਮਾਫ਼ ਕਰਨ ਦੀ ਕੋਸ਼ਿਸ਼ ਇੱਕ ਪਾਸੇ ਕੀਤੀ ਜਾਂਦੀ, ਇੱਕ ਪਾਸੇ ਜਿਹੜੇ ਨੇ 3 ਰੁਪਏ ਯੂਨਿਟ ਵਧਾਇਆ ਜਾਂਦਾ 7 ਕਿਲੋਵਾਟ ਦੇ ਉਪਭੋਗਤਾ ਨੂੰ। ਤੁਹਾਡੇ ਸਾਹਮਣੇ ਸਾਰੇ ਹਾਲਾਤ ਹੈ ਕਿ ਆਮ ਆਦਮੀ ਨੂੰ ਮਿਲ ਕੀ ਰਿਹਾ, ਸਿਰਫ ਕਿਉਂਕਿ ਜਦੋਂ ਸਰਕਾਰੀ ਦਫ਼ਤਰਾਂ 'ਚ ਜਾਂਦੇ ਆ, ਜਿਹੜੀ ਕਰਪਸ਼ਨ ਹੈ ਉਹ 10 ਗੁਣਾ ਹੋ ਚੁੱਕੀ ਹੈ, ਕਿਸੇ ਦਾ ਕੋਈ ਕੰਮ ਨਹੀਂ ਹੋ ਰਿਹਾ, ਬਹੁਤ ਬੁਰੇ ਹਾਲਾਤ ਹੈ ਪੰਜਾਬ ਦੇ, ਔਰ ਇਹ 22 ਇਲੈਕਸ਼ਨ ਜੁੜੇ ਧੱਕੇ ਨਾਲ ਜਿੱਤ ਲੈਂਦੇ ਪੈਸਾ ਖਰਚ ਕਰਕੇ, ਲੇਕਿਨ ਅੱਜ ਇੱਕ ਟ੍ਰਾਂਸਪੇਰੈਂਟ ਇਲੈਕਸ਼ਨ ਹੋ ਜੇ ਤੇ ਆਮ ਆਦਮੀ ਪਾਰਟੀ ਜਮਾਂ 0 ਹੋ ਜਾਏਗੀ। ਪੰਚਾਇਤੀ ਇਲੈਕਸ਼ਨ ਨਹੀਂ ਹੋਏ ਨਾ ਕੌਂਸਲ ਇਲੈਕਸ਼ਨ ਹੋਏ ਆ, ਕਿ ਕਰ ਕੀ ਰਹੀ ਹੈ, ਹਾਈ ਕੋਰਟ ਦਾ ਸਮਾਂ ਵੀ ਖਤਮ ਹੋ ਗਿਆ। ਡਰ ਲੱਗਦਾ ਜੀ, ਅੱਜ ਪੰਚਾਇਤੀ ਚੋਣਾਂ 'ਚ ਕਹਿ ਰਹੇ ਆ ਕਿ ਪਾਰਟੀ ਸਿੰਬਲ ਦੇ ਇਲੈਕਸ਼ਨ ਲੜੇ ਜਾਣਗੇ, ਕਿਉਂ? ਕਿਉਂਕਿ ਡਰ ਲੱਗਦਾ ਪਾਰਟੀ ਸਿੰਬਲ ਦੇ ਹਾਰ ਜਾਣਗੇ, ਹੁਣ ਜਿਹੜਾ ਕੋਈ ਜਿੱਤੇਗਾ ਉਹਨੂੰ ਲਾਲਚ ਦੇ ਕੇ ਆਪਣੇ ਹੱਲ ਕਰਨਗੇ, ਆਹ ਇਹਨਾਂ ਦੀ ਪੋਲਿਸੀ ਹੈ। 39 ਸੈਕਟਰ ਦੇ ਵਿੱਚ ਹਫ਼ਤੇ ਦੇ ਹਾਲਾਤ ਦੱਸਾਂ ਤਾਂ, ਕੱਲ੍ਹ ਐਜੀਟੇਸ਼ਨ ਹੋਇਆ ਸੀਗਾ 39 ਸੈਕਟਰ ਵਾਲੇ, ਸਾਰੇ ਲੋਕ ਜਿਹੜੇ ਆ ਉੱਥੇ MLA ਨੂੰ ਬੁਲਾਇਆ ਸੀਗਾ ਤੇ ਮੋਤੀ ਨਗਰ ਥਾਣੇ ਨੂੰ ਵੀ ਬੁਲਾਇਆ, SHO ਨੂੰ ਬੁਲਾਇਆ ਸੀਗਾ, ਕੜਾ ਖੋਲ ਲਿੱਤਾ ਗਿਆ, ਦਾਤ ਮਾਰੇ ਗਏ, ਥਾਣੇ ਦਾ ਦਰਵਾਜ਼ਾ ਤੱਕ ਨਹੀਂ ਖੋਲਿਆ ਗਿਆ।
ਜਿੱਥੇ ਸਪੀਕਰ ਆਪ ਇਹ ਗੱਲ ਕਹਿ ਰਿਹਾ ਕਿ ASI ਨੇ ਰਿਸ਼ਵਤ ਲਿੱਤੀ ਤਾਂ ਥਾਣੇ 'ਚ ਬੈਠਾ ਅਤੇ ਜਿੱਥੇ ਕੁੰਵਰ ਵਿਜੇ ਪ੍ਰਤਾਪ ਜਿਹੜਾ ਬਰਗਾੜੀ ਇਸ਼ੂ 'ਤੇ ਜਿਹਨੇ ਰਿਪੋਰਟ ਬਣਾਈ ਸੀ ਉਹ ਕਹਿ ਰਿਹਾ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ, ਅਤੇ ਫਿਰ ਤੁਸੀਂ ਮੈਂ ਕੀ ਕਹਿਣਾ ਜਦ ਉਹਨਾਂ ਦੇ ਆਪ ਹੀ ਬੰਦੇ ਕਹਿ ਰਹੇ ਆ, ਸਪੀਕਰ ਦਾ ਅਹੁਦਾ ਚੀਫ ਮਿਨਿਸਟਰ ਤੋਂ ਵੀ ਉੱਪਰਲਾ ਅਹੁਦਾ ਹੁੰਦਾ। ਸੋ ਇਸ ਕਰਕੇ ਹਾਲਾਤ ਬਹੁਤ ਬਦਤਰ ਹੈ। ਆਹ ਤੁਸੀਂ ਆਹ ਦੋ ਚੀਜ਼ਾਂ ਦਾ ਆਹ ਦੇਖ ਲਓ, ਉਹ ਪਾਣੀ ਦਾ ਰੰਗ ਦੇਖ ਲਓ ਅਤੇ ਆਹ ਕੂੜਾ ਦੇਖ ਲਓ, ਆਹ ਇਹਨਾਂ ਦੇ ਆਹ ਸਰਕਾਰ ਤੁਹਾਡੇ ਸਾਹਮਣੇ ਚੱਲਦੀ ਪਈ ਹੈ। ਇਹਨਾਂ ਦੇ ਇੱਕ MLA ਸਾਹਿਬ ਨੇ ਪੱਥਰੀ ਤਾਂ ਤੋੜਤਾ ਆਪਣੀ ਸਰਕਾਰ ਦਾ ਹੀ, ਹਾਲਾਤ ਮਾੜੇ ਤਾਂ ਮੈਂ ਉਹਦੇ ਫੈਸਲੇ ਦੀ ਤਾਰੀਫ ਕਰਦਾ ਕਿਉਂਕਿ ਉਹਨੇ ਇਹ ਫੈਸਲਾ ਕੀਤਾ। ਆਮ ਲੋਕ ਇੱਕ ਚੀਜ਼ਾਂ ਕਰਦੇ ਨਹੀਂ ਵੀ ਝੂਠੇ ਪੱਥਰ ਨਾ ਲਾਓ, ਝੂਠੇ ਵਾਅਦੇ ਨਾ ਕਰੋ, ਝੂਠੀਆਂ ਗੱਲਾਂ ਨਾ ਕਰੋ, ਅਤੇ ਬਾਕੀ MLA ਨੂੰ ਵੀ ਪੱਥਰ ਤੋੜ ਦੇਣੇ ਚਾਹੀਦੇ ਸਾਰੇ। ਧੰਨਵਾਦ। ਲੇਕਿਨ ਵੀ ਕਿਸ ਤਰ੍ਹਾਂ ਦੇਖੋਗੇ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ ਜਿਹੜੀ ਪਹਿਲੇ ਕਾਂਗਰਸ ਸਰਕਾਰ ਸੀ ਉਸ ਵੇਲੇ ਦੇ ਹਾਲਾਤ, ਇਹ ਹਾਲਾਤ ਅੱਜ 3 ਸਾਲਾਂ 'ਚ ਇਹਨਾਂ ਨੇ 2.5 ਸਾਲਾਂ 'ਚ ਦਿਖਾ ਦਿੱਤਾ, ਪੰਜਾਬ ਦੇ ਹਾਲਾਤ ਬਹੁਤ ਹੀ ਮਾੜੇ, ਵੱਧ ਰਹੀ ਰੋਜ਼ ਮਹਿੰਗਾਈ ਦੇ ਕਾਰਨ ਤੁਸੀਂ ਦੇਖੋਗੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੋਂ, ਵਪਾਰ ਤੋਂ, ਰੋਟੀ ਖਾਣ ਤੋਂ ਲੋਕ ਵਾਂਝੇ ਨੇ। ਇੱਥੇ ਡੇ ਬਾਏ ਡੇ ਮਹਿੰਗਾਈ ਦੀ ਮਾਰ ਨਾਲ ਲੋਕਾਂ ਨੂੰ ਬੁਰਾ ਹਾਲ, ਲੋਕਾਂ ਦੀ ਜੇਬਾਂ ਤੱਕ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ। ਅਤੇ ਹਾਲਾਤ ਕਿੱਥੇ ਨੇ ਹੁਣ, ਪੰਜਾਬ ਦੇ ਹਾਲਾਤ ਕਿੱਧਰ ਜਾ ਰਹੇ ਨੇ? ਸਮਾਰਟ ਸਿਟੀ ਦਾ ਤਾਂ ਹੁਣ ਬੇੜਾ ਗਰਕ ਹੋ ਹੀ ਚੁੱਕਾ। ਸਮਾਰਟ ਸਿਟੀ ਦਾ ਤਾਂ ਇੱਕ ਨਾਮ ਹੀ ਵਰਤ ਰਹੇ ਹੈ। ਸਮਾਰਟ ਸਿਟੀ ਦੇ ਹਾਲਾਤ ਵੀ ਦੇਖੋ, ਤੁਹਾਨੂੰ ਨਾਲਾ ਦੇਖ ਲਓ, ਠੀਕ ਹੈ ਜੀ, ਜਿੱਥੇ ਲੋਕਾਂ ਨੂੰ ਰਹਿਣ ਸਹਿਣ ਦਾ ਹੀ ਇੰਨੀ ਪ੍ਰੋਬਲਮ ਆ ਰਹੀ ਹੈ, ਇਹਨਾਂ ਨੇ ਅੱਜ ਤੱਕ ਕੋਈ ਮੁੱਦਾ ਨਹੀਂ ਉਠਾਇਆ। ਕਾਂਗਰਸ ਸਰਕਾਰ ਵੇਲੇ ਵੀ 650 ਕਰੋੜ ਦਾ ਟੈਂਡਰ ਪਾਸ ਹੋਇਆ ਸੀ, ਕਾਂਗਰਸ ਨੇ ਕੀ ਕੀਤਾ? ਕਾਂਗਰਸ ਨੇ ਹੋਰ ਨਾਲਾ ਕਾਲਾ ਦਾ ਕਾਲਾ ਹੀ ਦੇ ਨਹੀਂ, ਉਦੋਂ ਇਹਦੇ ਪ੍ਰੋਜੈਕਟ ਲਈ ਸਾਰੀ ਸ਼ੁਰੂ ਸੀਗੀ। ਹੁਣ ਤਾਂ ਇਹਨਾਂ ਦੇ MLA ਇੱਕ ਵਾਰ ਗੇੜਾ ਵੀ ਨਹੀਂ ਮਾਰ ਕੇ ਜਾਂਦੇ, ਇੱਕ ਫੋਟੋ ਕਰਾ ਕੇ ਜ਼ਰੂਰ ਜਾਂਦੇ ਆ, ਨਾਲੇ ਨੂੰ ਲੈ ਕੇ ਕੋਈ ਇਹਨਾਂ ਵਾਸਤੇ ਸੀਰੀਅਸਨੈਸ ਨਹੀਂ ਹੈਗੀ। ਕਿੱਧਰ ਚੱਲੇ ਹੋ? DC ਦਫ਼ਤਰ ਚੱਲੇ ਹਾਂ ਜੀ। ਮਹਿੰਗਾਈ ਦੇ ਖਿਲਾਫ਼ ਕੋਈ ਹੱਲ ਹੋਜੂਗਾ? ਹੋਊਗਾ ਬਿਲਕੁਲ, ਅਸੀਂ ਕੋਸ਼ਿਸ਼ ਕਰਾਂਗੇ, ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਇੱਦਾਂ ਹੀ ਜਾਰੀ ਰਹੂਗਾ ਜਿੰਨਾ ਚਿਰ ਮਹਿੰਗਾਈ ਦੀ ਨੱਤ ਨਾ ਪਾਈ ਜਾਊਗੀ। ਸ਼ੁਕਰੀਆ ਵੀਰ। ਇਹ ਤੁਹਾਨੂੰ ਦੱਸ ਦਈਏ, ਤਸਵੀਰ ਦੱਸ ਦਈਏ ਕਿ ਇਹ ਸੰਜੇ ਤਲਵਾੜਾ ਦਫ਼ਤਰ ਆ ਜਿਹੜਾ, ਪਿੱਛੇ ਸੰਜੇ ਤਲਵਾੜਾ ਦਫ਼ਤਰ, ਜ਼ਿਲ੍ਹਾ ਪ੍ਰਧਾਨ ਹੈ ਕਾਂਗਰਸ ਕਮੇਟੀ ਕਿ ਉਹਨਾਂ ਦਫ਼ਤਰ ਆ ਪਿਛਲੀ ਸਾਈਡ ਜਿਹੜਾ ਪੁਤਲਾ ਜਿਹੜਾ ਫੂਕਿਆ ਗਿਆ, ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੁਤਲਾ ਫੂਕਿਆ ਇਸ ਕਰਕੇ ਗਿਆ ਵਾ ਕਿ ਜਿਹੜੀ ਮਹਿੰਗਾਈ ਦੀ ਦਰ ਜਿਹੜੀ ਹੈ ਲਗਾਤਾਰ ਵਧਦੀ ਜਾ ਰਹੀ ਹੈ। ਪੁਤਲਾ ਤੁਹਾਨੂੰ ਉੱਥੇ ਪਿਆ ਵੀ ਦਿਖਾ ਰਹੇ ਹਾਂ ਜਿੱਥਲੇ ਇਹ ਪੁਤਲਾ ਜਿਹੜਾ ਸੀਗਾ ਉਹ ਫੂਕਿਆ ਗਿਆ ਵਾ, ਤਸਵੀਰ ਦਿਖਾ ਰਹੇ ਹਾਂ ਲਗਾ ਵਾ। ਦੇਖੋ ਸਰਕਾਰ ਨੇ, ਦੇਖੋ ਸਾਡੀ ਜਿਹੜੀ ਪਾਰਟੀ ਹੈ ਸੰਘਰਸ਼ਾਂ ਦੀ ਪਾਰਟੀ ਹੈ, ਕਾਂਗਰਸ ਪਾਰਟੀ ਇਤਿਹਾਸ ਹੈ, ਕੁਰਬਾਨੀਆਂ ਦੀ ਪਾਰਟੀ ਹੈ। ਇਹ ਜਿਹੜਾ ਸਰਕਾਰ ਦਾ ਫੈਸਲਾ ਬੜਾ ਗਲਤ ਫੈਸਲਾ, ਗਰੀਬਾਂ ਦੇ ਬਹੁਤ ਜਿਹੜੇ ਬਿੱਲਾਂ ਦੇ, ਬਿਜਲੀ ਦੇ ਬਿੱਲਾਂ ਦੇ ਰੇਟ ਵਧਾ ਤੇ, ਇਹਨਾਂ ਨੇ ਪੈਟਰੋਲ ਦੀ ਰੇਟ ਵਧਾ ਤਾ, ਬੜਾ ਸ਼ਰਮਨੀਕ ਕੰਮ ਹੈ। ਸਰਕਾਰ ਉੱਦਾਂ ਵੱਡੇ ਵੱਡੇ ਦਾਅਵੇ ਕਰਦੀ ਗਰੀਬਾਂ ਦੀ ਸਰਕਾਰ ਆ, ਲੋਕਾਂ ਦੀ ਸਰਕਾਰ ਆ, ਵਪਾਰੀ ਸਰਕਾਰ ਹੈ, ਇਹ ਸਰਕਾਰ ਨੇ ਸਾਬਤ ਕਰਤਾ ਸਰਕਾਰ ਖੋਖਲੀ ਸਰਕਾਰ ਦੇ ਪੱਲੇ ਕੁਛ ਨਹੀਂ ਹੈਗਾ। ਲੇਕਿਨ ਅੱਜ ਨੂੰ ਚੰਨੀ ਜੀ ਨੂੰ ਯਾਦ ਜ਼ਰੂਰ ਕੀਤਾ ਜਾਊਗਾ ਕਿਉਂਕਿ ਚੰਨੀ ਜੀ ਨੇ ਆ 3 ਯੂਨਿਟ ਦੇ ਉੱਤੇ ਰੋਕ ਲਾਈ ਸੀ। ਮੈਂ ਤੁਹਾਨੂੰ ਕੀ ਕਿਹਾ, ਕਾਂਗਰਸ ਪਾਰਟੀ ਨੇ ਜਿਹੜੇ ਕੰਮ ਕਰਤੇ ਇਤਿਹਾਸ ਗਵਾ ਹੋਇਆ, ਸੂਈ ਤੋਂ ਲੈ ਕੇ ਜ਼ਿਆਦਾ ਕਾਂਗਰਸ ਪਾਰਟੀ ਦੇਣਾ। ਇਹ ਜਿਹੜੀ ਸਰਕਾਰਾਂ ਸਭ ਜੁਗਲੇਬਾਜ਼ ਪਾਰਟੀਆਂ, ਇਹਨਾਂ ਨੇ ਕੋਈ ਕੰਮ ਨਹੀਂ ਕੀਤਾ, ਸਭ ਡਰਾਮੇਬਾਜ਼ੀ ਕੀਤੀ। ਅੱਜ ਦੇਖੋ ਆਹ ਪੁਤਲਾ ਸਾੜਿਆ, ਜੇ ਇਹਨਾਂ ਨੇ ਨਾ ਕੋਈ ਵਾਪਸ ਕੀਤਾ, ਸੰਘਰਸ਼ ਤੇਜ਼ ਹੋਊਗਾ, ਕਰਦੇ ਆ ਤੇਜ਼ ਕਰਾਂਗੇ, ਸੰਘਰਸ਼ ਤੇਜ਼ ਕਰਾਂਗੇ। ਡੀਜ਼ਲ ਤੇ ਪੈਟਰੋਲ ਦੇ ਜਿਹੜੇ ਕੁਝ ਪੈਸੇ ਰੇਟ ਵਧਿਆ ਹੋਇਆ, ਉਹਦਾ ਫਿਰ ਹੁਣ ਕਿਸ ਤਰ੍ਹਾਂ ਵਿਰੋਧ ਕੀਤਾ ਜਾਵੇ ਕਿਉਂਕਿ ਇਹ ਸੈਂਟਰ ਵੱਲੋਂ ਹੀ ਵਧਾਇਆ ਜਾ ਸਕਦਾ? ਦੇਖੋ ਸੈਂਟਰ ਦੇ ਤਾਂ ਪਹਿਲੇ ਹੀ ਜਿਹੜਾ ਰੇਟ ਘਟਿਆ, ਇਹ ਤਾਂ ਪੰਜਾਬ ਸਰਕਾਰ ਟੈਕਸ ਸੀਗਾ, ਟੈਕਸ ਕਰਕੇ ਰੇਟ ਇੰਨਾ ਜ਼ਿਆਦਾ, ਜੇ ਟੈਕਸ ਘਟਿਆ ਰੇਟ ਕਰੀ ਇੰਨਾ ਜ਼ਿਆਦਾ ਹੋਵੇ ਹੀ ਨਾ। ਇਹ ਪੰਜਾਬ ਸਰਕਾਰ ਨਲੈਕੀ ਹੈ, ਇਹ ਭਗਵੰਤ ਮਾਨ ਸਰਕਾਰ ਦੀ ਨਲੈਕੀ ਹੈ ਜਿਹੜੀ ਨਲੈਕੀ ਲੋਕਾਂ ਕੇ ਨਜ਼ਰ ਆ ਰਹੀ ਹੈ। ਬਿਲਕੁਲ ਫਲੋਪ ਸਰਕਾਰ ਹੈ, ਰੋਡ ਪਰ ਤੇਜ਼ ਕਰਾਂਗੇ, ਰੋਡ ਪਰ ਇਲੈਕਸ਼ਨ ਨਹੀਂ ਕਰਾਏ ਜਾ ਰਹੇ, ਇਹ ਵੀ ਤੁਹਾਡੇ ਸਾਹਮਣੇ ਹਰਦੇ ਨੇ, ਇਹਨਾਂ ਦੇ ਸਭ ਸੀਟਾਂ ਹਰਦੇ ਪਈਆਂ, ਪਤਾ ਲੱਗ ਹੀ ਗਿਆ ਇਹਨਾਂ ਦੀ ਵੱਡੇ ਇਲੈਕਸ਼ਨਾਂ 'ਚ ਫੇਲ ਸਰਕਾਰ ਹੈ ਜੀ। ਹਾਈ ਕੋਰਟ ਦਾ ਸਮਾਂ ਵੀ ਖਤਮ ਹੋ ਗਿਆ ਤਾਂ ਵੀ ਇਲੈਕਸ਼ਨ ਨਹੀਂ। ਦੇਖੋ ਇਹ ਤਾਨੇਸ਼ਾਹੀ ਸਰਕਾਰ ਹੈ, CM ਸਾਹਿਬ ਨੇ ਜਿਹੜਾ ਇਹਨਾਂ ਤਾਨੇਸ਼ਾਹੀ ਸਰਕਾਰ 'ਚ ਕੋਰਟਾਂ ਨੂੰ ਚੈਲੰਜ, ਵੱਡੇ ਸਾਰੇ ਅਧਾਰਿਆਂ ਨੂੰ ਚੈਲੰਜ, ਇਹ ਚੈਲੰਜ ਕਰ ਰਹੇ ਆ। ਇਹ ਸਮੇਂ ਆ ਗਏ, 2 ਸਾਲ ਰਹਿ ਗਏ ਆ, ਅੱਗੋਂ ਲੱਗ ਜੂ ਪਤਾ ਕਿੱਥੇ ਖੜੇ ਆਪਾਂ। ਬਿਲਕੁਲ।
ਇਹ ਸਾਡੇ ਨਾਲ ਲੱਗੀ ਜੀ ਸਾਡਾ ਮੌਜੂਦ ਜੀ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾਰ ਵੀ ਸਾਡੇ ਨਾਲ ਮੌਜੂਦ ਸੀਗੇ ਅਤੇ ਉਸ ਤੋਂ ਬਾਅਦ ਯੂਥ ਦੇ ਇੱਕ ਲੀਡਰ ਵੀ ਸਾਡੇ ਨਾਲ ਮੌਜੂਦ ਸੀ ਪਿੱਛੇ ਜਿਹੜਾ ਪੁਤਲਾ ਫੂਕਿਆ ਤੁਹਾਨੂੰ ਦਿਖਾ ਰਹੇ ਹਾਂ ਇਹ ਪੁਤਲਾ ਇਸ ਕਰਕੇ ਫੂਕਿਆ ਗਿਆ ਕਿ ਸਰਕਾਰ ਦੇ ਵੱਲੋਂ ਜਿਹੜੇ ਨੇ 7 ਕਿਲੋ ਵਾਟ ਤੋਂ ਜਿਹੜੇ 3 ਰੁਪਏ ਯੂਨਿਟ ਵਧਾਇਆ ਗਿਆ ਪੈਟਰੋਲ ਡੀਜ਼ਲ ਦੇ ਰੇਟ ਵੀ ਜਿਹੜੇ ਵਧਾਏ ਗਏ ਨੇ ਲੇਕਿਨ ਇਹਦੇ 'ਚ ਇੱਕ ਵੱਡਾ ਸਵਾਲ ਆ ਖੜਾ ਹੋ ਜਾਂਦਾ ਕਿ ਹੁਣ ਆਮ ਜਨਤਾ ਦੇ ਉੱਤੇ ਕਿੰਨਾ ਬੋਝ ਪਊਗਾ ਲੁਧਿਆਣਾ ਕੈਮਰਾਮੈਨ ਸੰਜੇ ਸੇਤੀਆ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਾਈਵ।